ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸੁਮਿਤ ਖੰਨਾ। ਇੱਕ ਵਾਰ ਫਿਰ ਓਮ ਗਲੋਬਲ ਇੰਡੀਆ ਦੇ ਫੇਸਬੁੱਕ ਪੇਜ ਤੋਂ ਲਾਈਵ ਹੋਏ ਹਾਂ। ਕੁਛ ਕੁ ਦੇਰ ਵੇਟ ਕਰਾਂਗੇ, ਕੁਝ ਸੈਕਿੰਡ, ਤਾਂ ਕਿ ਹੋਰ ਸਾਡੇ ਜਿਹੜੇ ਫੇਸਬੁੱਕ 'ਤੇ ਵਿਊਰਸ ਹੈ ਸਾਡੇ ਨਾਲ ਜੁੜ ਜਾਣ। ਅੱਜ ਦੀ ਇਨਫੋਰਮੇਸ਼ਨ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਨੂੰ ਲੈ ਕੇ, ਕੁਛ ਬੇਸਿਕ ਰਿਕੁਆਇਰਮੈਂਟਸ, ਕੁਛ ਅਪਡੇਟਸ, ਪਲੱਸ ਮੇਨਲੀ ਕੋਈ ਵੀ ਕੁਐਸਚਨਸ ਤੁਹਾਨੂੰ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੈ, ਉਹ ਸਾਰੇ ਐਡਰੈਸ ਕੀਤੇ ਜਾਣਗੇ, ਉਹਨਾਂ ਦਾ ਜਵਾਬ ਦਿੱਤਾ ਜਾਏਗਾ। ਪਲੱਸ ਜੋ ਰੀਸੈਂਟ ਨਿਊਜ਼ ਆ ਰਹੀ ਹੈ ਜਾਂ ਲੱਗ ਰਿਹਾ ਕਿ ਕੀ ਅਪਡੇਟਸ ਆਉਣ ਵਾਲੇ ਹੈ, ਕੁਛ ਪ੍ਰਿਡਿਕਸ਼ਨਸ ਸਟੂਡੈਂਟ ਵੀਜ਼ਾ ਨੂੰ ਲੈ ਕੇ, ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਨੂੰ, ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਕੁਛ ਕੁ ਸੈਕਿੰਡ ਹੋਰ ਵੇਟ ਕਰਾਂਗੇ। ਇਸ ਤੋਂ ਇਲਾਵਾ ਕੋਈ ਵੀ ਤੁਹਾਡੇ ਕੁਐਸਚਨ ਕਿਸੇ ਵੀ ਤਰ੍ਹਾਂ ਦਾ, ਐਲੀਜੀਬਿਲਿਟੀ ਜਾਂ ਕੋਈ ਕੋਰਸ ਦੇ ਰਿਗਾਰਡਿੰਗ ਕੁਐਸਚਨ, ਕੋਈ PR TR ਨੂੰ ਲੈ ਕੇ ਕੋਈ ਵੀ ਤੁਹਾਡਾ ਕੁਐਸਚਨ ਹੈ, ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ, ਉਹਦਾ ਜਵਾਬ ਵੀ ਦਿੱਤਾ ਜਾਏਗਾ। ਕੋਸ਼ਿਸ਼ ਕਰਾਂਗੇ ਕਿ ਹਰ ਸਵਾਲ ਦਾ ਜਵਾਬ ਦਿੱਤਾ ਜਾਏ। ਫਿਰ ਉਹ ਤੋਂ ਬਾਅਦ ਜੇ ਕੋਈ ਰਹਿ ਜਾਂਦਾ ਉਹਨੂੰ ਬਿਲਕੁਲ ਬਾਅਦ ਦੇ ਵਿੱਚ ਐਡਰੈਸ ਕੀਤਾ ਜਾਏਗਾ। ਸਭ ਤੋਂ ਪਹਿਲਾਂ ਇੱਕ ਅਪਡੇਟ, 2 ਦਿਨ ਪਹਿਲਾਂ ਵੀ ਜਿਹੜੇ ਲਾਈਵ ਹੋ ਕੇ ਅਪਡੇਟ ਦਿੱਤੀ ਗਈ ਸੀਗੀ ਕਿ ਆਸਟ੍ਰੇਲੀਆ ਦੇ ਵਿੱਚ ਚਾਈਨਾ ਮੇਨਲੈਂਡ ਤੋਂ ਜਿੰਨਾ ਸਟੂਡੈਂਟ ਜਾਂ ਕੋਈ ਵੀ ਟੈਂਪਰਰੀ ਵੀਜ਼ਾ ਹੋਲਡਰ, ਇੰਕਲੂਡਿੰਗ ਵਿਜ਼ਿਟਰ ਵੀਜ਼ਾ, ਜਿਨ੍ਹਾਂ ਕੋਲ ਵੀਜ਼ਾ ਸੀਗਾ, ਉਹਨਾਂ 'ਤੇ ਬੈਨ ਲੱਗ ਗਿਆ ਹੈ। ਕੋਈ ਵੀ ਚਾਈਨਾ ਮੇਨਲੈਂਡ ਤੋਂ ਜਾਂ ਕਿਸੇ ਨੇ ਵੀ ਜੇ ਚਾਈਨਾ ਟ੍ਰਾਂਜ਼ਿਟ ਕੀਤਾ ਹੈ, ਜੇ ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਨਹੀਂ ਹੈਗੇ, ਤਾਂ ਉਹਨੂੰ ਆਸਟ੍ਰੇਲੀਆ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਇਹਦਾ ਸਭ ਤੋਂ ਵੱਡਾ ਇੰਪੈਕਟ ਆਸਟ੍ਰੇਲੀਆ ਦੀ ਐਜੂਕੇਸ਼ਨ ਇੰਡਸਟਰੀ 'ਤੇ ਪੈ ਰਿਹਾ ਹੈ। ਆਸਟ੍ਰੇਲੀਆ ਦੀ ਐਜੂਕੇਸ਼ਨ ਇੰਡਸਟਰੀ, ਜੋ ਕਿ $39 billion ਦੀ ਐਕਸਪੋਰਟ ਦੀ ਇੰਡਸਟਰੀ ਹੈ, ਇਹਦੇ ਵਿੱਚ ਆਲਮੋਸਟ $9-10 billion ਜਿਹੜਾ ਹੈਗਾ ਚਾਈਨੀਜ਼ ਸਟੂਡੈਂਟਸ ਤੋਂ ਆਉਂਦਾ ਹੈ। ਅਤੇ ਜੇ ਆਪਾਂ ਕਰੰਟ ਦੀ ਗੱਲ ਕਰੀਏ, 1 February 2020, ਕੁਛ 2 ਹਫ਼ਤੇ ਪਹਿਲਾਂ ਤੱਕ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਅਬਾਊਟ 200,000 ਦੇ ਆਸ ਪਾਸ ਸਟੂਡੈਂਟਸ ਹੈਗੇ ਹੈ ਜਿਨ੍ਹਾਂ ਕੋਲ ਵੈਲਿਡ ਸਟੂਡੈਂਟ ਵੀਜ਼ਾ ਸੀਗਾ, ਕਰੰਟ ਸਟੂਡੈਂਟਸ ਅਤੇ ਪਲੱਸ ਨਵੇਂ ਸਟੂਡੈਂਟ। ਇਹਦੇ ਵਿੱਚੋਂ 56% ਸਟੂਡੈਂਟਸ ਜਿਹੜੇ ਆਸਟ੍ਰੇਲੀਆ ਵਿੱਚ ਨਹੀਂ ਸੀਗੇ, ਵਿੱਚ ਇਜ਼ ਆਲਮੋਸਟ 107,000 ਦੇ ਆਸ ਪਾਸ। ਇਹਦਾ ਮਤਲਬ ਕੀ ਹੈ ਜੀ, ਜੇ ਆਸਟ੍ਰੇਲੀਆ ਦੀ ਐਜੂਕੇਸ਼ਨ ਇੰਡਸਟਰੀ ਇੰਪੈਕਟ ਹੋ ਰਹੀ ਹੈ, ਇਹ ਐਕਸਪੋਰਟ ਚਾਈਨਾ ਤੋਂ ਨਹੀਂ ਫੁੱਲਫਿਲ ਹੋ ਰਿਹਾ, ਉੱਥੋਂ ਸਟੂਡੈਂਟ ਨਹੀਂ ਆ ਰਿਹਾ, ਓਬਵੀਅਸਲੀ ਆਸਟ੍ਰੇਲੀਆ ਬਾਕੀ ਕੰਟਰੀਜ਼ ਵੱਲ ਦੇਖੇਗਾ। ਅਤੇ ਜੇ ਬਲਕ ਆਫ ਸਟੂਡੈਂਟਸ ਦੀ ਆਪਾਂ ਗੱਲ ਕਰੀਏ, ਆਸਟ੍ਰੇਲੀਆ ਕਿੱਥੋਂ ਲੈ ਸਕਦਾ ਹੈ, ਦੂਸਰੀ ਕੰਟਰੀ ਦਾ ਨਾਮ ਆਉਂਦਾ ਜੀ ਇੰਡੀਆ। ਕਰੰਟਲੀ ਇੰਡੀਆ ਅਸੈਸਮੈਂਟ ਲੈਵਲ 3 ਦੇ ਵਿੱਚ ਹੈ, ਵਿਚ ਮੀਨਸ ਹਾਈ ਰਿਸਕ ਕੰਟਰੀ ਗਿਣਿਆ ਜਾਂਦਾ, ਵਿਚ ਇਜ਼ ਆਲਮੋਸਟ, ਜੇ ਆਪਾਂ ਲਗਾ ਕੇ ਚੱਲੀਏ, ਸਾਲ ਤੋਂ ਉੱਤੇ ਹੋ ਚੁੱਕਿਆ ਆਸਟ੍ਰੇਲੀਆ ਇੰਡੀਆ ਨੂੰ ਲੈਵਲ 3 ਦੇ ਵਿੱਚ। ਮਾਰਚ ਦੇ ਵਿੱਚ ਇਹ ਰੇਟਿੰਗਸ ਰਿਵਿਊ ਹੋਣਗੀਆਂ, ਜਿਹੜੀ ਕਿ ਹਰ 6 ਮਹੀਨੇ ਬਾਅਦ ਇਹ ਰੇਟਿੰਗਸ ਰਿਵਿਊ ਹੁੰਦੀਆਂ, ਕਾਲਜਿਸ ਦੀ ਵੀ, ਇੰਸਟੀਟਿਊਸ਼ਨਸ ਦੀ ਵੀ, ਅਤੇ ਐਜ ਵੈਲ ਐਜ ਕੰਟਰੀਜ਼ ਦੀ ਵੀ। ਅਤੇ ਬਹੁਤ ਸਾਰੀ ਸਪੈਕੂਲੇਸ਼ਨ ਜਿਹੜੀ ਆ ਰਹੀ ਹੈ, ਉਹੀ ਆ ਰਹੀ ਹੈ ਕਿ ਮੋਸਟ ਲਾਈਕਲੀ ਇੰਡੀਆ ਦਾ ਲੈਵਲ 3 ਚੋਂ ਲੈਵਲ 2 ਦੇ ਵਿੱਚ ਹੋਣ ਦੇ ਬਹੁਤ ਸਾਰੇ ਆਸਾਰ ਹੈ। ਉਹਦੇ 2 ਮੇਨ ਕਾਰਨ ਇਹ ਹੈ, ਸਭ ਤੋਂ ਪਹਿਲਾਂ ਇਕੋਨਮੀ ਨੂੰ ਥੋੜ੍ਹਾ ਜਿਹਾ ਸਟੇਬਲ ਕਰਨ ਲਈ ਅਤੇ ਬੂਸਟ ਦੇਣ ਲਈ,
ਜਿਹੜੀ ਐਜੂਕੇਸ਼ਨ ਇੰਡਸਟਰੀ ਇੰਪੈਕਟ ਹੋ ਰਹੀ ਹੈ ਚਾਈਨਾ ਦੇ ਸਟੂਡੈਂਟਸ ਕਰਕੇ ਜਿਹੜੇ ਨਹੀਂ ਆ ਰਹੇ, ਪਲੱਸ ਬੁਸ਼ ਫਾਇਰ ਕਰਕੇ ਜੋ ਵੀ ਆਸਟ੍ਰੇਲੀਆ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਲਈ ਵੀ ਕਿਤੇ ਨਾ ਕਿਤੇ ਐਜੂਕੇਸ਼ਨ ਇੰਡਸਟਰੀ ਜਿਹੜੇ ਸਟੂਡੈਂਟ ਇੱਥੇ ਆਉਂਦੇ ਆ ਆਪਣੀ ਫੀਸ ਪੇ ਕਰਦੇ ਹੈ ਜਾਂ ਪੈਸੇ ਸਪੈਂਡ ਕਰਦੇ ਆ ਇਨ ਟਰਮਸ ਆਫ ਲਿਵਿੰਗ ਕੋਸਟ, ਤੁਹਾਡਾ ਰੈਂਟ ਖਾਣਾ ਪੀਣਾ ਖਰਚਾ, ਪਲੱਸ ਕਈ ਸਟੂਡੈਂਟਸ ਜਿਹੜੇ ਪਾਰਟ ਟਾਈਮ ਕੰਮ ਕਰਕੇ ਟੈਕਸ ਪੇ ਕਰਦੇ ਉਹ ਸਾਰਾ ਇਕੋਨਮੀ ਵੱਲ ਐਡ ਹੁੰਦਾ ਅਤੇ ਇਹਦੇ ਕਰਕੇ ਬਹੁਤ ਇੰਪੋਰਟੈਂਟ ਹੈ ਆਸਟ੍ਰੇਲੀਆ ਲਈ ਇੰਡੀਅਨ ਸਬ ਕੋਂਟੀਨੈਂਟ ਨੂੰ ਖੋਲ੍ਹਣਾ ਜਾਂ ਇੰਡੀਅਨ ਵੀਜ਼ਾ ਨੂੰ ਲੈ ਕੇ ਥੋੜ੍ਹਾ ਜਿਹਾ ਰੂਲਸ ਸਟ੍ਰਿਕਟ ਲੂਜ਼ਨ ਅਪ ਕਰਨਾ। ਜੇ ਆਪਾਂ ਚਾਈਨਾ ਮੇਨਲੈਂਡ ਦੀ ਗੱਲ ਕਰੀਏ ਉਹਦੇ 'ਤੇ ਬੈਨ ਲੱਗਾ ਹੈ, ਬਟ ਜੇ ਏਸ਼ੀਆ ਓਵਰਆਲ ਦੇਖੀਏ ਬਹੁਤ ਸਾਰੇ ਕੇਸਿਸ ਸਿੰਗਾਪੁਰ 'ਚ ਵੀ ਸੁਣਨ ਨੂੰ ਆ ਰਹੇ, ਹੋਂਗਕੋਂਗ, ਜਪੈਨ ਦੇ ਵਿੱਚ ਅਤੇ ਈਵਨ ਕਿ ਫਿਲੀਪੀਨਸ ਦੇ ਵਿੱਚ ਵੀ ਬਹੁਤ ਸਾਰੇ ਕੇਸਿਸ ਆ ਰਹੇ। ਹੋ ਸਕਦਾ ਇਹਦਾ ਇੰਪੈਕਟ ਇਨ ਅ ਰੀਸੈਂਟ ਫਿਊਚਰ ਦੇ ਵਿੱਚ ਬਾਕੀ ਏਸ਼ੀਅਨ ਕੰਟਰੀਜ਼ ਨੂੰ ਵੀ ਪੈ ਸਕਦਾ ਹੈ, ਬਾਕੀ ਇੰਡੀਅਨ ਸਬ ਕੋਂਟੀਨੈਂਟ ਲਈ ਇਹ ਹੋ ਸਕਦਾ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੋਵੇ ਜੇ ਲੈਵਲ 2 ਦੇ ਵਿੱਚ ਹੁੰਦਾ ਹੈ। ਉਹਦਾ ਸਿੰਪਲ ਜਿਹਾ ਫੈਕਟ ਇਹ ਹੈ ਕਿ ਬਹੁਤ ਸਾਰੇ ਵੀਜ਼ਾਸ ਗ੍ਰਾਂਟ ਵੀ ਕੀਤੇ ਜਾ ਸਕਦੇ, ਚਾਹੇ ਉਹ ਹਾਇਰ ਐਜੂਕੇਸ਼ਨ ਸੈਕਟਰ ਦੇ ਵਿੱਚ ਹੋਣ ਜਾਂ ਵੈਟ ਸੈਕਟਰ ਜਾਂ ਡਿਪਲੋਮਾ ਲੈਵਲ ਸੈਕਟਰ ਦੇ ਵਿੱਚ ਹੋਣ। ਥੋੜ੍ਹੀ ਜਿਹੀ ਬੇਸਿਕ ਇਨਫੋਰਮੇਸ਼ਨ, ਸਟੂਡੈਂਟ ਵੀਜ਼ਾ ਕਿੱਦਾਂ ਵਰਕਆਊਟ ਹੁੰਦਾ, ਤੁਸੀਂ 2018-2019 ਪਾਸ ਆਊਟ ਹੋ, ਪਲੱਸ 2 ਕੀਤੀ ਹੈ ਜਾਂ ਬੈਚਲਰਸ ਕੀਤੀ ਹੈ, ਤੁਸੀਂ ਹਾਇਰ ਐਜੂਕੇਸ਼ਨ ਲਈ ਜਾ ਸਕਦੇ ਹੋ। ਜੇ ਤੁਸੀਂ ਮਾਸਟਰਸ ਕੀਤੀ ਹੈ ਤੁਸੀਂ ਡਬਲ ਮਾਸਟਰਸ ਲਈ ਵੀ ਜਾ ਸਕਦੇ ਹੋ। ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਤੁਸੀਂ ਸਪਾਊਸ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੇ, ਸਪਾਊਸ ਵੀ ਬਿਲਕੁਲ ਨਾਲ ਜਾ ਸਕਦਾ ਡਿਪੈਂਡਿੰਗ ਔਨ ਤੁਹਾਡੀ ਓਵਰਆਲ ਪ੍ਰੋਫਾਈਲ। ਪਲੱਸ ਇਹ ਤੋਂ ਇਲਾਵਾ ਤੁਹਾਡੇ ਆਇਲਟਸ 'ਚ ਕਿੰਨੇ ਬੈਂਡ ਹੈ, ਕਿਹੜੇ ਲੈਵਲ ਦੀ ਇੰਸਟੀਟਿਊਸ਼ਨ 'ਚ ਤੁਸੀਂ ਅਪਲਾਈ ਕਰ ਰਹੇ ਹੋ, ਇਹ ਬਹੁਤ ਇੰਪੋਰਟੈਂਟ ਆਸਪੈਕਟ ਹੈ ਇਨ ਟਰਮਸ ਆਫ ਅ ਸਟੂਡੈਂਟ ਵੀਜ਼ਾ। ਜੇ ਤੁਸੀਂ ਲੈਵਲ 1 ਦੀ ਕਿਸੇ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ 'ਚ ਅਪਲਾਈ ਕਰ ਰਹੇ ਹੋ ਸਕਦਾ ਬਹੁਤ ਸਾਰੇ ਸਿਨਾਰੀਓਸ ਦੇ ਵਿੱਚ ਤੁਹਾਨੂੰ ਇੰਗਲਿਸ਼ ਦਾ ਵੇਵਰ ਮਿਲਦਾ ਹੈ, ਆਇਲਟਸ ਦਾ ਵੇਵਰ ਮਿਲਦਾ ਹੈ, ਪਲੱਸ ਤੁਹਾਡੇ ਫਾਈਨੈਂਸ਼ੀਅਲਸ ਦਾ ਵੀ ਪੇਪਰ ਮਿਲਦਾ ਹੈ। ਪਰ ਹਰ ਯੂਨੀਵਰਸਿਟੀ ਦਾ ਆਪਣਾ ਇੱਕ ਕ੍ਰਾਈਟੀਰੀਆ ਹੈ, ਜੈਨੂਇਨ ਟੈਂਪਰਰੀ ਐਂਟਰੈਂਸ ਕ੍ਰਾਈਟੀਰੀਆ ਹੈ, ਉਸ ਕ੍ਰਾਈਟੀਰੀਆ ਦੇ ਨਾਲ ਹਰ ਯੂਨੀਵਰਸਿਟੀ ਹਰ ਇੰਡੀਵਿਜੁਅਲ ਸਟੂਡੈਂਟ ਦੀ ਪ੍ਰੋਫਾਈਲ ਉਹਦੇ ਆਪਣੇ ਮੈਰਿਟਸ ਦੇ ਬੇਸ 'ਤੇ ਅਸੈਸ ਕਰਦੀ ਹੈ। ਅਤੇ ਜੇ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਵੀਜ਼ਾ ਅਪਲਾਈ ਹੁੰਦਾ ਹੈ, ਤੁਹਾਨੂੰ ਐਡਮਿਸ਼ਨ ਮਿਲਦੀ ਹੈ, ਤੁਸੀਂ GTE ਕਲੀਅਰ ਕਰਦੇ ਹੋ, ਬਹੁਤ ਸਾਰਾ ਬਹੁਤ ਸਾਰੀ ਪੋਸੀਬਿਲਿਟੀ ਹੈ ਕਿ ਤੁਹਾਨੂੰ ਆਟੋ ਗ੍ਰਾਂਟ ਵੀ ਆ ਸਕਦਾ ਵੀਜ਼ਾ। ਆਟੋ ਗ੍ਰਾਂਟ ਦਾ ਮਤਲਬ ਜਦੋਂ ਵੀਜ਼ਾ ਅਪਲਾਈ ਕੀਤਾ ਜਾਂਦਾ ਔਨਲਾਈਨ, ਇੱਕ ਐਲਗੋਰਿਦਮ ਰਨ ਕਰਦਾ ਹੈ ਪਿੱਛੇ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ, ਜੇ ਤੁਸੀਂ ਐਲਗੋਰਿਦਮ ਦੇ ਸਾਰੇ ਬੋਕਸਿਸ ਸਟਿੱਕ ਕਰਦੇ ਹੋ, ਪ੍ਰੋਫਾਈਲ ਅੱਛੀ ਹੈ, ਲੈਵਲ 1 ਦੀ ਯੂਨੀਵਰਸਿਟੀ ਹੈ, ਸਬਮਿਟ ਕਰਦੇ ਹੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ। ਵਾਈ ਆਸਟ੍ਰੇਲੀਆ? ਦੇਖੋ, ਆਸਟ੍ਰੇਲੀਆ ਇੱਕ ਇਹੋ ਜਿਹੀ ਕੰਟਰੀ ਹੈ ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਬਹੁਤ ਸਾਲਾਂ ਤੋਂ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਸਟੂਡੈਂਟ ਲਿੱਤੇ ਹੈ। ਥਰਡ ਲਾਰਜੈਸਟ ਐਕਸਪੋਰਟ ਜਿਹੜਾ ਆਸਟ੍ਰੇਲੀਆ ਦਾ ਇੱਕ ਸਟੂਡੈਂਟ ਇੰਡਸਟਰੀ ਹੈ। ਅੱਜ ਤੋਂ ਨਹੀਂ ਸਟੂਡੈਂਟ ਵੀਜ਼ਾ ਚੱਲੇ ਆ ਰਹੇ ਆਸਟ੍ਰੇਲੀਆ ਦੇ ਵਿੱਚ, 2002-2003 ਤੋਂ ਇਹ ਚੱਲਿਆ ਸੀਗਾ, ਜਿਹਦੇ ਵਿੱਚ ਇੰਡੀਆ ਤੋਂ ਕਾਫੀ ਸਾਰਾ ਸਟੂਡੈਂਟਸ ਆਸਟ੍ਰੇਲੀਆ ਆਇਆ, ਪੱਕਾ ਵੀ ਹੋਇਆ, ਹੁਣ PR ਹੈ, ਸਿਟੀਜ਼ਨ ਹੈ, ਉਹਨਾਂ ਦੀ ਸੈਕਿੰਡ ਜਨਰੇਸ਼ਨ ਵੀ ਆਸਟ੍ਰੇਲੀਆ ਦੇ ਵਿੱਚ ਹੈ। ਹਾਓ ਦਾ ਪ੍ਰੋਸੈਸ ਵਰਕ, ਇੱਕ ਹੋਰ ਚੀਜ਼, ਇੱਕ ਜੇ ਸਟੈਪ ਬੈਕ ਲਈਏ,
ਰੀਸੈਂਟ ਮੈਂ ਕੁਝ ਫੇਸਬੁੱਕ ਲਾਈਵ ਵੀਡੀਓਜ਼ ਵੀ ਦੇਖੀਆਂ, ਕੱਲ੍ਹ ਪੁਨੀਤ ਖੰਨਾ ਜੀ ਦੀ ਵੀ ਵੀਡੀਓ ਦੇਖੀ ਜਿਹਦੇ ਵਿੱਚ ਬਹੁਤ ਕਲੀਅਰਲੀ ਮੈਂਸ਼ਨ ਕੀਤਾ ਗਿਆ ਕਿ ਕੈਨੇਡਾ ਪਿਛਲੇ 2-3 ਮਹੀਨਿਆਂ ਤੋਂ ਵੀਜ਼ੇ ਨਹੀਂ ਦੇ ਰਿਹਾ ਜਾਂ ਬਹੁਤ ਸਟ੍ਰਿਕਟ ਹੋ ਰਿਹਾ। ਜਿਹੜਾ ਆਊਟਕਮ ਪਹਿਲਾਂ ਆਲਮੋਸਟ 80-90% ਹੁੰਦਾ ਸੀਗਾ, ਉਹੀ ਆਊਟਕਮ ਅੱਜ ਦੀ ਡੇਟ ਦੇ ਵਿੱਚ 10-20% ਰਹਿ ਰਿਹਾ। ਕੀ ਇਹ ਉਹ ਟਾਈਮ ਹੈ ਤੁਹਾਨੂੰ ਅਸੈਸ ਕਰਨਾ ਕਿ ਤੁਸੀਂ ਹਜੇ ਵੀ ਕੈਨੇਡਾ ਦੇ ਵਿੱਚ ਆਪਣੀ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ, ਟਰਾਈ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਹੋਰ ਆਪਸ਼ਨ ਦੇਖਣਾ ਚਾਹੁੰਦੇ ਹੋ? ਜੇ ਕੋਈ ਹੋਰ ਆਪਾਂ ਆਪਸ਼ਨਸ ਦੀ ਗੱਲ ਕਰੀਏ, ਵੈਸਟਰਨ ਕੰਟਰੀਜ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਪਾਪੂਲਰ ਹੈ ਜਾਂ ਆਸਟ੍ਰੇਲੀਆ ਜਾਂ UK, ਇਹ ਦੋਨੋਂ ਕੰਟਰੀਜ਼ ਹੈ ਜਿਨ੍ਹਾਂ ਨੇ ਅੱਜ ਦੀ ਡੇਟ ਦੇ ਵਿੱਚ ਵੀਜ਼ਾਜ਼ ਖੋਲ੍ਹੇ ਹੋਏ ਹੈ, ਸਟੂਡੈਂਟ ਵੀਜ਼ਾਜ਼। ਵੀਜ਼ਾ ਖੋਲ੍ਹੇ ਹੋਣ ਦਾ ਮਤਲਬ ਇਹ ਹੈ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ, ਤੁਸੀਂ ਕ੍ਰਾਈਟੀਰੀਆ ਮੀਟ ਕਰ ਰਹੇ ਹੋ ਇਨ ਟਰਮਸ ਆਫ ਆਸਟ੍ਰੇਲੀਆ, ਤੁਸੀਂ ਇੱਕ GT ਕ੍ਰਾਈਟੀਰੀਆ ਮੀਟ ਕਰ ਰਹੇ ਹੋ ਡਿਪਾਰਟਮੈਂਟ ਦਾ ਐਜ ਵੈਲ ਐਜ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਦਾ, ਤਾਂ ਦੇ ਇਜ਼ ਅ ਵੈਰੀ ਹਾਈ ਚਾਂਸ ਯੂ ਗੈਟ ਅ ਸਟੂਡੈਂਟ ਵੀਜ਼ਾ ਗ੍ਰਾਂਟ। ਸੇਮ ਵਿਦ UK ਦੇ ਵਿੱਚ ਜਿੱਥੇ ਤੱਕ ਰੀਸੈਂਟ ਫਾਈਲਸ ਲੱਗ ਰਹੀਆਂ, ਵੀਜ਼ਾਜ਼ ਆ ਰਹੇ ਹੈ। ਪਿਛਲੇ ਮਹੀਨੇ ਦੀ ਹੀ ਗੱਲ ਕਰੀਏ, ਇਨ ਲਾਸਟ 6 ਹਫ਼ਤਿਆਂ ਦੇ ਵਿੱਚ ਓਮ ਗਲੋਬਲ ਨੇ 120 ਵੀਜ਼ਾ UK ਦਾ ਦਿੱਤਾ, ਵਿਚ ਇਜ਼ ਆਲਮੋਸਟ 100% ਵੀਜ਼ਾ ਸਕਸੈਸ ਰੇਟ ਹੈ। ਅਤੇ ਜੇ ਤੁਸੀਂ UK ਕੰਸਿਡਰ ਕਰ ਰਹੇ ਹੋ, ਆਸਟ੍ਰੇਲੀਆ ਨਹੀਂ ਬਣਦਾ, ਤਾਂ ਡੈਫੀਨੇਟਲੀ UK ਵੀ ਇੱਕ ਆਪਸ਼ਨ ਹੈ। ਆਸਟ੍ਰੇਲੀਆ ਸਟੂਡੈਂਟ ਵੀਜ਼ਾ ਕਿੱਦਾਂ ਵਰਕਆਊਟ ਹੁੰਦਾ? ਸਭ ਤੋਂ ਪਹਿਲਾਂ ਤੁਹਾਡੀ ਅਕੈਡੈਮਿਕਸ ਕਿੰਨੇ ਪਰਸੈਂਟੇਜ ਤੁਹਾਡੇ ਹੈ, ਤੁਸੀਂ ਕਿਹੜੇ ਸਾਲ ਦੇ ਵਿੱਚੋਂ ਪੜ੍ਹਾਈ ਕੀਤੀ ਹੈ, ਕਿਹੜੇ ਸਬਜੈਕਟ ਕੀਤੇ ਹੈ, ਕੀ ਜਿਹੜੇ ਤੁਸੀਂ ਤੁਹਾਡੇ ਮੇਨ ਸਬਜੈਕਟ ਹੈ। ਮੰਨ ਲਓ ਜੇ ਤੁਸੀਂ ਫਿਜ਼ਿਕਸ ਕੈਮਿਸਟਰੀ ਬਾਇਓ ਕੀਤੀ ਹੈ, ਅਤੇ ਜਿਹੜਾ ਤੁਹਾਡਾ ਅਗਲਾ ਕੋਰਸ ਹੈ ਉਹਦੀ ਰੈਲੇਵੈਂਸੀ ਬਣਦੀ ਹੈ। ਜੇ ਤੁਸੀਂ ਹਿਊਮੈਨਿਟੀਜ਼ ਦੇ ਵਿੱਚ ਕੀਤੀ ਹੈ, ਕਿਹੜੇ ਸਬਜੈਕਟਸ ਹੈ ਜਿਹੜੇ ਤੁਹਾਡੀ ਪਾਸਟ ਸਟੱਡੀ ਨਾਲ ਮੈਚ ਕਰਦੇ ਹੈ, ਇਹ ਬਹੁਤ ਇੰਪੋਰਟੈਂਟ ਹੈ। ਕੋਰਸ ਸਿਲੈਕਸ਼ਨ, ਇੱਕ ਸਟੂਡੈਂਟ ਦਾ ਮੋਟਿਵ ਹੁੰਦਾ ਹੈ, ਫਸਟ ਮੋਟਿਵ ਕਿ ਆਪਾਂ ਜੀ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਪੜ੍ਹਨਾ, ਬਟ ਉਹ ਤੋਂ ਜ਼ਿਆਦਾ ਬਹੁਤ ਇੰਪੋਰਟੈਂਟ ਹੈ ਕਿ ਸਟੂਡੈਂਟ ਆਪਣੀ ਰੀਸਰਚ ਕਰੇ ਕਿ ਸਟੂਡੈਂਟ ਕਿਹੜਾ ਕੋਰਸ ਕਰਨਾ ਚਾਹੁੰਦਾ ਹੈ, ਕਿਹੜੀ ਯੂਨੀਵਰਸਿਟੀ ਕਿਹੜੇ ਇੰਸਟੀਟਿਊਸ਼ਨ ਦੇ ਵਿੱਚ ਕਰਨਾ ਚਾਹੁੰਦਾ, ਅਤੇ ਕਿਹੜੇ ਰੀਜਨ ਦੇ ਵਿੱਚ ਕਰਨਾ ਚਾਹੁੰਦਾ। ਕੋਰਸ ਸਿਲੈਕਸ਼ਨ ਇਸ ਲਈ ਇੰਨੀ ਇੰਪੋਰਟੈਂਟ ਹੈ ਕਿ ਇੱਕ ਜੈਨੂਇਨ ਟੈਂਪਰਰੀ ਐਂਟਰੈਂਟ ਦਾ ਇੱਕ ਮੇਨ ਕ੍ਰਾਈਟੀਰੀਆ ਗਿਣਿਆ ਜਾਂਦਾ ਹੈ ਕੋਰਸ ਸਿਲੈਕਸ਼ਨ। ਜੇ ਤੁਹਾਡਾ ਕੋਰਸ ਮੈਚ ਨਹੀਂ ਕਰਦਾ ਤੁਹਾਡੀ ਪਾਸਟ ਸਟੱਡੀਜ਼ ਦੇ ਨਾਲ, ਕੇਸ ਆਫਿਸਰ ਉਸ ਪ੍ਰੋਫਾਈਲ ਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਨਹੀਂ ਦੇਖਦੇ, ਅਤੇ ਬਹੁਤ ਜ਼ਿਆਦਾ ਚਾਂਸਿਸ ਹੈ ਉਹ ਰਿਫਿਊਜ਼ਲ ਦੇ ਵੀ ਆਉਣ। ਕੋਰਸ ਸਿਲੈਕਸ਼ਨ ਲਈ ਸਾਡੇ ਕਿਸੇ ਵੀ ਬ੍ਰਾਂਚ ਦੇ ਵਿੱਚ ਤੁਸੀਂ ਕਾਉਂਸਲਰਸ ਨੂੰ ਜਾ ਕੇ ਮਿਲ ਸਕਦੇ ਹੋ, ਜਿਹੜੇ ਕੁਆਲੀਫਾਈਡ ਕਾਉਂਸਲਰਸ ਹੈ ਉਹ ਤੁਹਾਨੂੰ ਅਸਿਸਟ ਕਰਦੇ ਹੈ ਕਿ ਕਿਹੜਾ ਕੋਰਸ ਦੇ ਕੀ ਬੈਨੀਫਿਟਸ ਹੈ, ਉਹਦੀ ਕੀ ਫਰਦਰ ਓਪਰਚੁਨਿਟੀਜ਼ ਹੈ, ਕੀ ਜੋਬ ਪ੍ਰੋਸਪੈਕਟਸ ਹੈ, ਜਾਂ ਕੀ ਸਕਿੱਲਸ ਉਹਦੇ ਵਿੱਚੋਂ ਨਿਕਲਦੇ ਹੈ। ਇਸ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਕੋਰਸ ਸਿਲੈਕਸ਼ਨ ਪ੍ਰੋਪਰਲੀ ਹੋਵੇ, ਅਤੇ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਪੜ੍ਹਨ ਜਾ ਰਹੇ ਹੋ, ਕਿਹੜੀ ਯੂਨੀਵਰਸਿਟੀ ਹੈ, ਕਿਹੜੇ ਇੰਸਟੀਟਿਊਸ਼ਨ ਜਾ ਰਹੇ ਹੋ। ਕੋਰਸ ਸਿਲੈਕਸ਼ਨ ਹੋਣ ਤੋਂ ਬਾਅਦ ਇੱਕ ਤੁਹਾਡੀ ਐਪਲੀਕੇਸ਼ਨ ਫੋਰਮ ਭਰ ਕੇ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਨੂੰ ਭੇਜਿਆ ਜਾਂਦਾ। ਉਹ ਇੰਸਟੀਟਿਊਸ਼ਨ ਉਸ ਫਾਈਲ ਨੂੰ ਅਸੈਸ ਕਰਦਾ ਅਤੇ ਦੇਖਦਾ ਕਿ ਉਹਨਾਂ ਨੂੰ ਕੋਈ ਫਰਦਰ ਰਿਕੁਆਇਰਮੈਂਟਸ ਹੈਗੀ ਹੈ ਕਿ ਨਹੀਂ। ਜੇ ਕੋਈ ਰਿਕੁਆਇਰਮੈਂਟਸ ਨਹੀਂ ਹੈ, ਤੁਸੀਂ ਕਰੰਟ ਪ੍ਰੋਫਾਈਲ ਦੇ ਨਾਲ ਸਭ ਕੁਝ ਮੀਟ ਕਰਦੇ ਹੋ ਉਹਨਾਂ ਦਾ ਕ੍ਰਾਈਟੀਰੀਆ, ਤੁਹਾਨੂੰ ਇੱਕ ਅਨਕੰਡੀਸ਼ਨਲ ਆਫਰ ਲੈਟਰ ਪ੍ਰੋਵਾਈਡ ਕੀਤੀ ਜਾਂਦੀ ਹੈ। ਅਨਕੰਡੀਸ਼ਨਲ ਆਫਰ ਲੈਟਰ ਦਾ ਮਤਲਬ ਇਹ ਹੈ ਤੁਸੀਂ ਆਪਣੀ ਫੀਸ ਪੇ ਕਰੋ, ਰਿਸਿਪਟ ਭੇਜੋ, ਸਾਇਨਡ ਆਫਰ ਲੈਟਰ ਭੇਜੋ ਜਾਂ ਸਟੂਡੈਂਟ ਐਗਰੀਮੈਂਟ ਭੇਜੋ। ਉਹ ਤੋਂ ਬਾਅਦ ਤੁਹਾਨੂੰ COE ਇਸ਼ੂ ਕੀਤੀ ਜਾਂਦੀ ਹੈ। ਕੈਨੇਡਾ ਦੇ ਵਿੱਚ ਇਹਨੂੰ LOA ਕਿਹਾ ਜਾਂਦਾ, ਇੱਥੇ ਇਹਨੂੰ COE। COE ਮੀਨਸ
ਕਨਫਰਮੇਸ਼ਨ ਆਫ ਐਨਰੋਲਮੈਂਟ ਕਿ ਇੱਕ ਇੰਸਟੀਟਿਊਸ਼ਨ ਦੇ ਵਿੱਚ ਤੁਹਾਡੀ ਐਨਰੋਲਮੈਂਟ ਹੋ ਚੁੱਕੀ। ਇੱਕ COE ਦੇ ਬੇਸ 'ਤੇ ਅੱਗੇ ਜਾ ਕੇ ਇੱਕ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ। ਜਦੋਂ ਤੁਹਾਡਾ ਸਟੂਡੈਂਟ ਵੀਜ਼ਾ ਆ ਜਾਂਦਾ ਹੈ, ਤੁਸੀਂ ਉਸ COE ਦੇ ਹਿਸਾਬ ਨਾਲ ਆਪਣਾ ਕਾਲਜ ਅਟੈਂਡ ਕਰਦੇ ਹੋ, ਓਰੀਐਂਟੇਸ਼ਨ ਅਟੈਂਡ ਕਰਦੇ ਹੋ ਅਤੇ ਸਟੱਡੀਜ਼ ਕਮੈਂਸ ਕਰਦੇ ਹੋ। ਸਿੰਪਲ ਜਿਹਾ ਪ੍ਰੋਸੈਸ ਹੈ ਆਸਟ੍ਰੇਲੀਆ ਦੇ ਵਿੱਚ। ਕਰੰਟਲੀ ਇੰਡੀਆ ਨੂੰ ਲੈਵਲ 3 ਦੇ ਵਿੱਚ ਹੋਣ ਕਰਕੇ ਫੰਡਸ ਦਿਖਾਉਣਾ ਇੰਪੋਰਟੈਂਟ ਹੈ, ਅਨਲੈਸ ਤੁਸੀਂ ਕਿਸੇ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਆ ਰਹੇ ਹੋ ਜਿਹਦੇ ਤੁਹਾਨੂੰ ਵੇਵਰ ਮਿਲ ਰਿਹਾ। ਸੇਮ ਵਿਦ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ, ਯੂ ਹੈਵ ਟੂ ਹੈਵ ਐਟ ਲੀਸਟ 5.5 ਬੈਂਡਸ ਓਵਰਆਲ, ਅਨਲੈਸ ਕਿ ਤੁਹਾਡੀ ਪਾਸ ਸਟੱਡੀਜ਼ ਦੇ ਬੇਸ 'ਤੇ, ਜੇ ਤੁਸੀਂ ਪਾਸ ਸਟੱਡੀਜ਼ ਇੰਗਲਿਸ਼ 'ਤੇ ਕੀਤੀ ਹੈ ਤਾਂ ਉਹਦੇ ਬੇਸ 'ਤੇ ਤੁਹਾਨੂੰ ਵੇਵਰ ਮਿਲ ਰਿਹਾ। ਅਤੇ ਬਹੁਤ ਇੰਪੋਰਟੈਂਟ ਹੈ ਜੀ ਇਹ ਚੀਜ਼ ਦੇਖਣਾ ਕਿ ਕਿਹੜੇ ਤਰੀਕੇ ਨਾਲ ਤੁਹਾਡੀ ਵੀਜ਼ ਫਾਈਲ ਅਪਲਾਈ ਹੋ ਰਹੀ ਹੈ। ਇਹ ਤੋਂ ਇਲਾਵਾ GT ਇਜ਼ ਦ ਮੇਨ ਐਸਪੈਕਟ। GT ਦੇ ਰਿਗਾਰਡਿੰਗ ਜਾਂ ਕਿਸੇ ਵੀ ਪ੍ਰੋਫਾਈਲ ਦੇ ਰਿਗਾਰਡਿੰਗ ਤੁਹਾਨੂੰ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ, ਕੁਸ਼ਚਨਸ ਲਵਾਂਗੇ ਜੀ। ਰਵਿੰਦਰ ਤਾਲੀਵਾਲ, ਆਸਟ੍ਰੇਲੀਆ ਐਮਬੈਸੀ ਪ੍ਰੋਸੈਸਿੰਗ ਟਾਈਮ। ਰਵਿੰਦਰ ਜੀ, ਯੂਜੁਅਲ ਪ੍ਰੋਸੈਸਿੰਗ ਟਾਈਮ ਇਜ਼ ਅਪ ਟੂ 2 ਮੰਥਸ, ਬਟ ਮੋਸਟ ਆਫ ਦ ਸਿਨਾਰੀਓਜ਼ ਆਸਟ੍ਰੇਲੀਆ, ਜੇ ਇੰਡੀਆ ਦੇ ਵਿੱਚ ਫਾਈਲ ਲੌਂਚ ਕੀਤੀ ਜਾਂਦੀ ਹੈ ਅਤੇ ਮੋਸਟ ਆਫ ਦ ਟਾਈਮ ਉਹ ਨਿਊ ਦਿੱਲੀ ਫਾਈਲ ਜਾਂਦੀ ਹੈ, ਅਤੇ ਯੂਜਲੀ ਦੇ ਗਿਵ ਯੂ ਆਊਟਕਮ ਐਨੀ ਵੇਅਰ ਬਿਟਵੀਨ 7 ਡੇਜ਼ ਟੂ 1 ਮੰਥ। ਬਟ ਇੱਕ ਚੀਜ਼ ਜ਼ਰੂਰ ਲੈ ਕੇ ਚੱਲੋ, ਟਾਈਮਿੰਗ ਇੱਕ ਇਹੋ ਜਿਹੀ ਚੀਜ਼ ਹੈ ਡਿਪਾਰਟਮੈਂਟ 'ਤੇ ਤੁਸੀਂ ਨਹੀਂ ਪ੍ਰਿਡਿਕਟ ਕਰ ਸਕਦੇ, ਦੀਜ਼ ਆਰ ਓਨਲੀ ਐਵਰੇਜ ਟਾਈਮਸ। ਬਹੁਤ ਸਾਰੇ ਸਿਨਾਰੀਓਜ਼ ਦੇ ਵਿੱਚ ਆਟੋ ਗ੍ਰਾਂਟ ਵੀ ਆਉਂਦਾ ਹੈ ਜਿਹਦੇ ਵਿੱਚ ਹਾਰਡਲੀ ਐਨੀ ਕੋਈ ਟਾਈਮ ਹੈ, ਜੋ ਤੁਸੀਂ ਸਬਮਿਟ ਕਰ ਰਹੇ ਹੋ ਸਟ੍ਰੇਟ ਅਵੇ ਤੁਹਾਡਾ ਵੀਜ਼ਾ ਆਊਟਕਮ ਆਉਂਦਾ ਹੈ। ਤੇਜਵਤ ਸਿੰਘ ਜੀ ਪੁੱਛ ਰਿਹਾ, ਸਰ ਡਿਪਲੋਮਾ ਇਨ ਮਕੈਨੀਕਲ 2014 ਪਾਸ ਆਊਟ, 5 ਈਅਰ ਐਕਸਪੀਰੀਅੰਸ, ਸੋਲਟੀ ਕੈਸ਼, 2018 ਆਲਰੇਡੀ ਰਿਫਿਊਜ਼, ਦੁਬਾਰਾ ਆਸਟ੍ਰੇਲੀਆ ਹੋਮ। ਤੇਜਵੰਤ, ਬਹੁਤ ਇੰਪੋਰਟੈਂਟ ਹੈ ਇਹ ਦੇਖਣਾ ਕਿ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ, ਕੀ ਤੁਹਾਡੀ ਸਟੱਡੀ ਦੇ ਵਿੱਚ ਇਹ ਜਿਹੜਾ ਗੈਪ ਹੈ ਇਸ ਕਰਕੇ ਵੀਜ਼ਾ ਰਿਫਿਊਜ਼ ਹੋਇਆ, ਜਾਂ ਤੁਸੀਂ ਇਨਫ ਐਵੀਡੈਂਸ ਨਹੀਂ ਪ੍ਰੋਵਾਈਡ ਕੀਤਾ ਡਿਪਾਰਟਮੈਂਟ ਨੂੰ ਇਸ ਕਰਕੇ ਵੀਜ਼ਾ ਰਿਫਿਊਜ਼ ਹੋਇਆ। ਅਤੇ ਬਹੁਤ ਇੰਪੋਰਟੈਂਟ ਹੈ, ਇੱਕ ਵਾਰੀ ਤੁਸੀਂ ਆਪਣੀ ਰਿਫਿਊਜ਼ਲ ਲੈਟਰ ਨਾਲ ਆਪਣੇ ਅਕੈਡੈਮਿਕਸ ਜਾਂ ਬਾਕੀ ਪ੍ਰੋਫਾਈਲ ਲੈ ਕੇ ਆਓ ਅਤੇ ਵੁੱਲ ਲੈਟ ਯੂ ਨੋ ਕੀ ਉਹਦੇ ਪ੍ਰੋਸਪੈਕਟਸ ਹੈ। ਅਨੀਡ ਜੋਬ ਇਨ ਆਸਟ੍ਰੇਲੀਆ, ਆਈ ਐਮ ਇੰਡੀਅਨ ਸ਼ੈਫ। ਅਰਵਿੰਦ ਸਤੀ ਜੀ, ਜੇ ਤੁਸੀਂ ਇੰਡੀਅਨ ਸ਼ੈਫ ਹੋ, ਕੁਆਲੀਫਾਈਡ ਸ਼ੈਫ ਹੋ, ਬੇਸਡ ਔਨ ਦ ਐਕਸਪੀਰੀਅੰਸ, ਇੱਕ ਸਕਿੱਲ ਅਸੈਸਮੈਂਟ ਕੀਤੀ ਜਾਂਦੀ ਹੈ। ਸਕਿੱਲ ਅਸੈਸਮੈਂਟ ਦਾ ਮਤਲਬ ਇਹ ਹੈ, ਜੇ ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਜਿਹੜੀ ਤੁਹਾਡੀ ਪੜ੍ਹਾਈ ਜੇ ਸ਼ੈਫ ਦੀ ਹੈ ਜਾਂ ਐਕਸਪੀਰੀਅੰਸ ਸ਼ੈਫ ਦਾ, ਉਹਦੇ ਬੇਸ 'ਤੇ ਇੱਕ ਸਕਿੱਲ ਅਸੈਸਿੰਗ ਅਥੋਰਿਟੀ ਹੁੰਦੀ ਹੈ। ਹਰ ਫੀਲਡ ਦੀ ਆਪਣੀ ਇੱਕ ਅਸੈਸਿੰਗ ਅਥੋਰਿਟੀ ਹੈ। ਸ਼ੈਫ ਦੇ ਕੇਸ ਦੇ ਵਿੱਚ ਇੱਕ TRA, ਇੱਕ ਅਸੈਸਿੰਗ ਅਥੋਰਿਟੀ ਹੈ, ਟ੍ਰੇਡਸ ਰੈਕੋਗਨੀਸ਼ਨ ਆਸਟ੍ਰੇਲੀਆ। ਸਾਰੇ ਐਵੀਡੈਂਸ ਦੇ ਨਾਲ ਉਹਨਾਂ ਨੂੰ ਭੇਜਿਆ ਜਾਂਦਾ, ਉਹ ਤੁਹਾਡੇ ਸਕਿੱਲ ਅਸੈਸ ਕਰਦੀ ਹੈ। ਜੇ ਉਹ ਦੇਖਦੀ ਹੈ ਕਿ ਤੁਹਾਡੇ ਕੋਲ ਸਫੀਸ਼ੈਂਟ ਐਜੂਕੇਸ਼ਨ ਹੈ ਅਤੇ ਸਫੀਸ਼ੈਂਟ ਵਰਕ ਐਕਸਪੀਰੀਅੰਸ ਹੈ, ਉਸ ਹਿਸਾਬ ਨਾਲ ਉਹ ਤੁਹਾਨੂੰ ਅਸੈਸ ਕਰਕੇ ਦੱਸਦੇ ਕਿ ਹਾਂਜੀ ਤੁਸੀਂ ਕੁਆਲੀਫਾਈਡ ਸ਼ੈਫ ਹੋ। MSc 2019 ਪਾਸ ਆਊਟ, PT 59। ਹਾਂਜੀ ਰਜਤ ਜੀ, ਬਿਲਕੁਲ ਡੈਫੀਨੇਟਲੀ ਹੋ ਸਕਦਾ, ਜੇ MSc ਕੀਤੀ ਹੋਈ ਹੈ ਤੁਸੀਂ ਡਿਊਲ ਮਾਸਟਰਸ ਲਈ ਜਾ ਸਕਦੇ ਹੋ, ਕੋਰਸ ਸਲੈਕਸ਼ਨ ਦੇਖ ਸਕਦੇ ਹੋ ਕਿ ਕਿਹੜੀ ਵਿਚ ਇਜ਼ ਮੋਰ ਇੰਟਰਸਟਿਡ ਟੂ ਯੂ, ਕੀ ਤੁਸੀਂ ਪੜ੍ਹਨਾ ਚਾਹੁੰਦੇ ਹੋ, ਕਿ ਕੀ ਆਪਸ਼ਨਸ ਅਵੇਲੇਬਲ ਹੈਗੀਆਂ। ਦਿਸ਼ਾਂਤ ਸਿੰਘ ਜੀ ਪੁੱਛ ਰਹੇ, ਸਰ ਸਪਾਊਸ ਕੇਸ ਦੇ ਕਿੰਨੇ ਪੈਸੇ ਲੱਗਣਗੇ, ਮੈਂ ਤੁਹਾਡੇ ਆਫਿਸ ਵਿਜ਼ਿਟ ਕੀਤਾ ਸੀ, ਬਾਕੀ ਸਭ ਕੁਛ ਵਧੀਆ ਸੀ, ਬਸ ਖਰਚਾ ਜ਼ਿਆਦਾ ਸੀ। ਨਿਸ਼ਾਂਤ ਸਿੰਘ ਜੀ, ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਜਾਣਨੀ,
ਓਮ ਗਲੋਬਲ ਇੰਡੀਆ ਦੇ ਵਿੱਚ ਵੀਜ਼ੇ ਤੋਂ ਪਹਿਲਾਂ ਇੱਕ ਵੀ ਪੈਸਾ ਨਹੀਂ ਲੈਂਦਾ। ਨੋਰਮਲੀ ਆਪਾਂ ਪ੍ਰੋਫਾਈਲ ਉਹ ਹੀ ਫੜਦੇ ਹੈ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਵੀਜ਼ਾ ਓਮ ਗਲੋਬਲ ਲੈ ਕੇ ਆ ਸਕਦਾ ਹੈ। ਸਟੂਡੈਂਟ ਵੱਲੋਂ ਇਨਵੈਸਟਮੈਂਟ ਹੁੰਦੀ ਹੈ ਕਿ ਉਹ ਆਪਣੇ ਡਾਕੂਮੈਂਟਸ ਦਿੰਦਾ, ਉਹ ਸਾਡੇ 'ਤੇ ਵਿਸ਼ਵਾਸ ਕਰਦਾ ਹੈ ਕਿ ਮੇਰਾ ਏਜੰਟ ਜਾਂ ਓਮ ਗਲੋਬਲ ਮੇਰਾ ਵੀਜ਼ਾ ਲਗਵਾ ਕੇ ਦੇਗਾ। ਸਾਡੇ ਲਈ ਇਨਵੈਸਟਮੈਂਟ ਹੈਗੀ ਹੈ ਸਟੂਡੈਂਟ 'ਤੇ, ਐਮਬੈਸੀ ਫੀਸ ਤੋਂ ਲੈ ਕੇ ਤੁਹਾਡੀ ਹਰ ਫੀਸ ਓਮ ਗਲੋਬਲ ਪੇ ਕਰਦਾ ਇਨੀਸ਼ਲੀ, ਅਤੇ ਜਦੋਂ ਤੁਹਾਡਾ ਵੀਜ਼ਾ ਆਉਂਦਾ ਉਸ ਤੋਂ ਬਾਅਦ ਪੈਸੇ ਲਿੱਤੇ ਜਾਂਦੇ। ਵਿਚ ਮੀਨਸ ਵਰਸਟ ਕੇਸ ਸਿਨਾਰੀਓ, ਜੇ ਤੁਹਾਡਾ ਵੀਜ਼ਾ ਨਹੀਂ ਆਉਂਦਾ, ਇੱਕ ਰਿਫਿਊਜ਼ਲ ਲੱਗਦੀ ਹੈ, ਬਟ ਓਮ ਗਲੋਬਲ ਦੀ ਇਨਵੈਸਟਮੈਂਟ ਦਾ ਵੀ ਨੁਕਸਾਨ ਹੁੰਦਾ ਹੈ ਉਹਦੇ ਵਿੱਚ। ਅਤੇ ਵੀ ਆਰ ਵੈਰੀ ਕੌਨਫੀਡੈਂਟ ਇਨ ਵਟ ਵੀ ਡੂ, ਅਤੇ ਇਸ ਲਈ ਇੱਕ ਵੀ ਪੈਸਾ ਪਹਿਲਾਂ ਨਹੀਂ ਲਿੱਤਾ ਜਾਂਦਾ, ਚਾਹੇ ਉਹ ਕੈਨੇਡਾ ਹੋਏ, UK ਹੋਏ ਜਾਂ ਆਸਟ੍ਰੇਲੀਆ। ਅਤੇ ਬਾਕੀ ਸਰਵਿਸਿਜ਼ ਦੇਖੋ, ਇਨ ਟਰਮਸ ਆਫ ਕੋਸਟ, ਜਿੱਦਾਂ ਇੱਕ ਲੂਈ ਵਿਟੋਨ ਦੇ ਬੈਗ ਅਤੇ ਇੱਕ ਨੋਰਮਲ ਬੈਗ 'ਚ ਬਹੁਤ ਫਰਕ ਹੈ, ਉਸੇ ਤਰ੍ਹਾਂ ਇੱਕ ਪ੍ਰੋਫੈਸ਼ਨਲ ਤੋਂ ਵੀਜ਼ਾ ਲਗਾਉਣਾ ਜਿਨ੍ਹਾਂ ਨੇ ਮਾਈਗ੍ਰੇਸ਼ਨ ਲੋਅ ਕੀਤਾ ਹੋਇਆ, ਜਿਨ੍ਹਾਂ ਨੂੰ ਮਾਈਗ੍ਰੇਸ਼ਨ ਲੋਅ ਦੀ ਜਾਣਕਾਰੀ ਹੈ, ਐਜ਼ ਕੰਪੇਅਰ ਟੂ ਐਨੀ ਵਨ ਹੂ ਓਨਲੀ ਡਜ਼ ਅ ਸਟੂਡੈਂਟ ਵੀਜ਼ਾ, ਰੀਅਲੀ ਡਿਪੈਂਡਸ, ਯੂ ਨੋ ਦ ਡਿਫਰੈਂਸ। ਤਾਂ ਇਸ ਲਈ ਇਹ ਜਾਣਨਾ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਕਿਹਦੇ ਕੋਲੋਂ ਵੀਜ਼ਾ ਲਗਵਾ ਰਹੇ ਹੋ। ਵੀਜ਼ਾ ਪਾਉਣਾ ਬਹੁਤ ਆਸਾਨ ਹੈ, ਕੋਈ ਵੀ ਵੀਜ਼ਾ ਪਾ ਸਕਦਾ, ਤੁਸੀਂ ਆਪ ਵੀ ਘਰ ਬੈਠੇ ਵੀਜ਼ਾ ਪਾ ਸਕਦੇ ਹੋ। ਇਮੀ ਅਕਾਊਂਟ 'ਤੇ ਈਮੇਲ ਦੇ ਨਾਲ ਤੁਹਾਡਾ ਇੱਕ ਅਕਾਊਂਟ ਕ੍ਰੀਏਟ ਹੁੰਦਾ ਹੈ, ਨੋਰਮਲ ਸਵਾਲ ਪੁੱਛੇ ਜਾਂਦੇ ਆ ਤੁਹਾਡੇ ਬਾਰੇ, ਤੁਸੀਂ ਉਹ ਸਵਾਲਾਂ ਦੇ ਆਂਸਰ ਦਿੰਦੇ ਹੋ, ਅਤੇ ਇੱਕ ਐਪਲੀਕੇਸ਼ਨ ਦੀ ਫੀਸ ਪੇ ਕਰਦੇ ਹੋ, ਅਤੇ ਵੀਜ਼ਾ ਅਪਲਾਈ ਹੁੰਦਾ। ਬਟ ਮੋਟਿਵ ਵੀਜ਼ਾ ਅਪਲਾਈ ਕਰਨਾ ਨਹੀਂ ਹੈ, ਮੋਟਿਵ ਵੀਜ਼ਾ ਲੈਣਾ ਹੈ। ਸਭ ਤੋਂ ਉਹ ਸਟੂਡੈਂਟਸ ਜਿਹੜੇ ਪਹਿਲੀ ਵਾਰ ਆਸਟ੍ਰੇਲੀਆ ਅਪਲਾਈ ਕਰ ਰਹੇ ਹੈ, ਬਹੁਤ ਇੰਪੋਰਟੈਂਟ ਹੈ ਤੁਸੀਂ ਆਪਣਾ ਏਜੰਟ ਦੇਖ ਕੇ ਚੁਣੋ। ਇੱਕ ਵਾਰੀ ਆਸਟ੍ਰੇਲੀਆ ਦੀ ਜਿਹੜੀ ਰਿਫਿਊਜ਼ਲ ਲੱਗ ਜਾਂਦੀ ਹੈ, ਦੂਜੀ ਵਾਰੀ ਵੀਜ਼ਾ ਲੈਣਾ ਸੌਖਾ ਨਹੀਂ ਹੁੰਦਾ। ਤੇ ਇਟਸ ਵੈਰੀ ਇੰਪੋਰਟੈਂਟ, ਜਿਹੜੀ ਤੁਹਾਡੀ ਫਸਟ ਓਪਰਚੁਨਿਟੀ ਹੈ, ਤੁਸੀਂ ਆਪਣੀ ਪ੍ਰੋਫਾਈਲ, ਆਪਣਾ ਐਪਲੀਕੇਸ਼ਨ ਉਸ ਏਜੰਟ ਨੂੰ ਦਿਓ ਜਿਹਦੇ 'ਤੇ ਤੁਹਾਨੂੰ ਲੱਗਦਾ ਹੈ, ਵਿਸ਼ਵਾਸ ਹੈ ਕਿ ਉਹ ਤੁਹਾਡਾ ਵੀਜ਼ਾ ਦਵਾ ਸਕਦੇ ਹੈ, ਕਿ ਜੇ ਇਨ ਕੇਸ ਵੀਜ਼ਾ ਨਹੀਂ ਵੀ ਆਉਂਦਾ, ਕਿ ਤੁਸੀਂ ਆਪਣੇ ਪੈਸੇ ਨਹੀਂ ਖਰਾਬ ਕਰਦੇ। ਬਹੁਤ ਸਾਰੇ ਏਜੰਟ ਮਾਰਕੀਟ ਦੇ ਵਿੱਚ ਇਹੋ ਜਿਹੇ ਹੈ ਜਿਨ੍ਹਾਂ ਨੇ ਤੁਹਾਡੀ ਐਪਲੀਕੇਸ਼ਨ ਪਾਣੀ ਹੈ, ਇੱਕ ਐਪਲੀਕੇਸ਼ਨ ਪਾਉਣ ਦਾ ਤੁਹਾਡੇ ਕੋਲ 25-30 ਹਜ਼ਾਰ ਲੈ ਰਹੇ ਹੈ, ਇੱਕ ਰਿਫਿਊਜ਼ਲ ਆਉਂਦੀ ਹੈ ਉਹਨਾਂ ਦਾ 30 ਹਜ਼ਾਰ ਬਣਦਾ ਹੈ, ਬਟ ਤੁਹਾਡੇ 30 ਹਜ਼ਾਰ 'ਤੇ ਜਾਂਦਾ ਹੀ ਜਾਂਦਾ ਹੈ, ਬਟ ਇੱਕ ਰਿਫਿਊਜ਼ਲ ਲੱਗ ਜਾਂਦੀ ਹੈ ਤੁਹਾਡੀ ਪ੍ਰੋਫਾਈਲ 'ਤੇ। ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਤੁਸੀਂ ਇਹ ਦਿਨ ਚੂਜ਼ ਕਰ ਰਹੇ ਹੋ ਉਹ ਦੇਖ ਕੇ ਚੂਜ਼ ਕਰੋ। ਸਤਵੀਰ ਸਿੰਘ ਮੰਦੇ, ਰਿਫਿਊਜ਼ ਕੇਸ ਕੈਨ ਅਪਲਾਈ ਫੋਰ ਮਾਸਟਰਸ ਇਨ ਆਸਟ੍ਰੇਲੀਆ ਵਿਦ ਓਵਰਆਲ 6.0 ਐਂਡ 5.5 ਇਨ ਵਨ ਮੋਡਿਊਲ। ਹਾਂਜੀ ਸਤਵੀਰ, ਬਿਲਕੁਲ ਕਰ ਸਕਦੇ ਆ ਰਿਫਿਊਜ਼ਡ ਕੇਸ ਵੀ, ਬਟ ਉਹ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਤੁਹਾਡੀ ਰਿਫਿਊਜ਼ਲ ਲੱਗੀ ਹੈ ਕਿਸ ਬੇਸਿਸ 'ਤੇ ਲੱਗੀ ਹੈ, ਕੀ ਸਪੈਸੀਫਿਕ ਰੀਜ਼ਨ ਦਿੱਤੇ ਹੈ, ਕਿਹੜੀ ਯੂਨੀਵਰਸਿਟੀ ਹੈ, ਕਿਹੜੇ ਇੰਸਟੀਟਿਊਸ਼ਨ 'ਚ ਤੁਸੀਂ ਅਪਲਾਈ ਕੀਤਾ ਸੀ, ਕਿਹੜੇ ਕੋਰਸ 'ਚ ਅਪਲਾਈ ਕੀਤਾ ਸੀਗਾ, ਅਤੇ ਕਦੋਂ ਅਪਲਾਈ ਕੀਤਾ ਸੀ। ਜਦੋਂ ਸਾਡੇ ਕੋਲ ਇਹ ਸਾਰੀ ਇਨਫੋਰਮੇਸ਼ਨ ਹੋਏਗੀ ਅਤੇ ਡੈਫੀਨੇਟਲੀ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ ਹਾਂ। ਜੇਮੀ ਹਜ਼ਾਰਾ ਜੀ, 2017 69%, 74%, ਗ੍ਰੈਜੂਏਸ਼ਨ ਗੈਪ 2018-19, ਪ੍ਰਾਇਮਰੀ ਟੀਚਰ ਟ੍ਰੇਨਿੰਗ ਕੋਰਸ 1 year। ਜਿਵੇਂ ਡੈਫੀਨੇਟਲੀ ਹੋ ਸਕਦਾ ਤੁਹਾਡੇ ਨੰਬਰ ਬਹੁਤ ਅੱਛੇ ਹੈ, 1 ਸਾਲ ਦਾ ਗੈਪ, ਇਟਸ ਓਕੇ, ਐਜ਼ ਲੌਂਗ ਐਜ਼ ਤੁਸੀਂ ਪਰੂਵ ਕਰ ਸਕਦੇ ਹੋ ਉਸ ਗੈਪ ਦੇ ਵਿੱਚ ਕੀਤਾ ਕੀ ਹੈ,
ਉਸ ਤੋਂ ਬਾਅਦ ਤੁਸੀਂ ਟੀਚਰ ਟ੍ਰੇਨਿੰਗ ਦਾ ਕੋਰਸ ਵੀ ਕੀਤਾ ਹੈ। ਇਟਸ ਅ ਪਰਫੈਕਟ ਪ੍ਰੋਫਾਈਲ। ਮਾਸਟਰਸ ਆਫ ਟੀਚਿੰਗ ਇੱਕ ਬਹੁਤ ਅੱਛਾ ਕੋਰਸ ਹੈ, ਬਹੁਤ ਜ਼ਿਆਦਾ ਸਕੋਪ ਹੈ ਇਹਦੇ ਵਿੱਚ। ਪਲੱਸ ਡਿਪੈਂਡਿੰਗ ਤੁਹਾਡੇ ਆਈਲਟਸ ਦੇ ਵਿੱਚ ਕਿੰਨੇ ਬੈਂਡ ਹੈ, ਤੁਸੀਂ ਡੈਫੀਨੇਟਲੀ ਇਸ ਕੋਰਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕਿਸੇ ਅੱਛੀ ਯੂਨੀਵਰਸਿਟੀ ਰੀਜਨਲ ਏਰੀਆ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਗੁਰਿੰਦਰ ਸੇਖੋਂ ਜੀ, ਸਰ ਆਈ ਫਾਈਲਡ ਸਟੂਡੈਂਟ ਵੀਜ਼ਾ ਬਾਈ ਹੋਮ ਗਲੋਬਲ ਚੰਡੀਗੜ੍ਹ, ਨੋ ਰਿਜ਼ਲਟ ਹੈਜ਼ ਕਮ ਬਾਏ ਨਾਓ, ਇਟ ਹੈਜ਼ ਬੀਨ 3 ਮੰਥਸ। ਗੁਰਿੰਦਰ ਜੀ, ਡਿਪੈਂਡ ਕਰਦਾ ਵੀਜ਼ਾ ਫਾਈਲ ਹੋਇਆ ਜਾਂ ਤੁਹਾਡੀ ਪ੍ਰੋਫਾਈਲ ਪ੍ਰੋਸੈਸਿੰਗ ਚਾਹੀਏ। ਜੇ ਤੁਸੀਂ ਨਵੰਬਰ ਮਿਡ ਦੇ ਵਿੱਚ ਵੀ ਆਪਣੀ ਪ੍ਰੋਫਾਈਲ ਦਿੱਤੀ ਹੈ, ਦਸੰਬਰ ਦੇ ਵਿੱਚ ਜ਼ਿਆਦਾਤਰ ਯੂਨੀਵਰਸਿਟੀਜ਼, ਆਲਮੋਸਟ ਆਲ ਦ ਯੂਨੀਵਰਸਿਟੀਜ਼ ਵਨ ਔਨ ਹੋਲੀਡੇਜ਼ ਇੰਕਲੂਡਿੰਗ ਦ ਡਿਪਾਰਟਮੈਂਟ ਇਜ਼ ਵੈਲ, ਅਤੇ ਮਾਰਚ ਇਨਟੇਕ ਇਜ਼ ਯੂਜਲੀ ਦ ਬਿਜ਼ੀਐਸਟ ਐਂਡ ਦ ਬਿਗੈਸਟ ਇਨਟੇਕ ਫੋਰ ਆਸਟ੍ਰੇਲੀਆ। ਅਤੇ ਜੇ ਤਾਂ ਵੀਜ਼ਾ ਪਿਆ ਹੋਇਆ ਅਤੇ 3 ਮਹੀਨੇ ਹੋ ਗਏ, ਤਾਂ ਵੈਰੀ ਸੂਨ ਯੂ ਵਿਲ ਗੈਟ ਐਨ ਆਊਟਕਮ। ਜੇ ਉਸ ਵੇਲੇ ਪ੍ਰੋਸੈਸਿੰਗ ਸ਼ੁਰੂ ਹੋਈ ਹੈ, ਡਿਪੈਂਡਿੰਗ ਕਿੱਥੇ ਤੁਹਾਡੀ ਪ੍ਰੋਫਾਈਲ ਹੈ, ਜੇ ਵੀਜ਼ਾ ਪੈ ਗਿਆ ਤਾਂ ਵੈਰੀ ਸੂਨ ਯੂ ਵਿਲ ਗੈਟ ਦੀ ਆਊਟਕਮ ਇਜ਼ ਵੈਲ। ਰਾਹੁਲ ਨਰੂਲਾ, ਸਰ ਆਮ ਇਨ ਆਸਟ੍ਰੇਲੀਆ ਵੇਜ਼ ਆਫਿਸ। ਰਾਹੁਲ ਨਰੂਲਾ ਅਤੇ ਬਾਕੀ ਜਿੰਨੇ ਵੀ ਦੇਖ ਰਹੇ, ਸਾਡਾ ਆਫਿਸ ਮੈਲਬਰਨ ਦੇ ਵਿੱਚ ਹੈ। ਜੇ ਤੁਸੀਂ ਆ ਕੇ ਮਿਲਣਾ ਚਾਹੁੰਦੇ ਹੋ, ਸਾਨੂੰ ਫੋਨ ਕਰ ਸਕਦੇ ਹੋ 0479055552, ਜਾਂ ਸਾਨੂੰ ਈਮੇਲ ਕਰ ਸਕਦੇ ਹੋ admin@aumglobal.com.au, ਜਾਂ ਤੁਸੀਂ ਸਾਡੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ www.aumglobal.com.au। ਇੱਥੇ ਜਾ ਕੇ ਤੁਸੀਂ ਆਪਣੀ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ। ਸਟੂਡੈਂਟਸ ਲਈ ਮੈਲਬਰਨ ਦੇ ਵਿੱਚ ਕੋਈ ਵੀ ਕੰਸਲਟੇਸ਼ਨ ਚਾਰਜ ਨਹੀਂ ਹੈ। ਤੁਸੀਂ ਆਪਣੇ ਸਟੂਡੈਂਟ, ਤੁਸੀਂ ਪੜ੍ਹ ਰਹੇ ਹੋ, ਕੋਰਸ ਚੇਂਜ ਕੀਤਾ ਹੈ, ਜਾਂ ਰੀਸੈਂਟ ਪੜ੍ਹਾਈ ਖਤਮ ਕੀਤੀ ਹੈ, ਜਾਂ ਕਰੰਟ ਸਟੂਡੈਂਟ ਹੋ, ਪੜ੍ਹਾਈ ਨਾਲ ਰਿਲੇਟਡ ਕੋਈ ਵੀ ਤੁਹਾਡੀ ਕੁਇਰੀ ਹੈ, ਜਾਂ ਫਿਊਚਰ ਨਾਲ ਰਿਲੇਟਡ ਕੋਈ ਪਾਥਵੇ ਨਾਲ ਰਿਲੇਟਡ ਕੋਈ ਵੀ ਕੁਇਰੀ ਹੈ, ਸਟੂਡੈਂਟ ਵੀਜ਼ਾ ਲਈ ਕੋਈ ਵੀ, ਸਟੂਡੈਂਟਸ ਲਈ ਕੋਈ ਵੀ ਕੰਸਲਟੇਸ਼ਨ ਚਾਰਜ ਨਹੀਂ ਹੈ। ਜਸਟ ਮੇਕ ਸ਼ੋਰ ਯੂ ਗਿਵ ਅਸ ਅ ਕਾਲ ਜਾਂ ਈਮੇਲ, ਆਪਣੀ ਇੱਕ ਅਪੋਇੰਟਮੈਂਟ ਬੁੱਕ ਕਰਾਓ ਅਤੇ ਤੁਸੀਂ ਸਾਨੂੰ ਮੈਲਬਰਨ ਆ ਕੇ ਮਿਲ ਸਕਦੇ ਹੋ। ਮੈਲਬਰਨ ਦੇ ਵਿੱਚ ਸਾਡਾ ਆਫਿਸ ਹੈਗਾ 420 ਕੋਲਿਨ ਸਟਰੀਟ। ਜੇ ਤੁਸੀਂ ਕਿਸੇ ਹੋਰ ਸ਼ਹਿਰ 'ਚ ਰਹਿੰਦੇ ਹੋ, ਫੋਨ ਅਪੋਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਜਸਟ ਗਿਵ ਅਸ ਅ ਕਾਲ ਅਤੇ ਆਪਾਂ ਤੁਹਾਨੂੰ ਇੱਕ ਅਪੋਇੰਟਮੈਂਟ ਬੁੱਕ ਕਰ ਸਕਦੇ ਹਾਂ। ਰਾਹੁਲ ਨਰੂਲਾ ਜੀ, ਹਾਂਜੀ ਡੈਫੀਨੇਟਲੀ, ਤੁਹਾਨੂੰ ਐਡਰੈਸ ਦੱਸਤਾ, ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ। ਨਿਸ਼ਾਨ ਸਿੰਘ ਜੀ ਪੁੱਛ ਰਹੇ ਕਿੰਨਾ ਖਰਚਾ। ਨਿਸ਼ਾਨ ਸਿੰਘ ਜੀ, ਇੱਕ ਵਾਰੀ ਆਫਿਸ ਵਿਜ਼ਿਟ ਕਰੋ, ਕੋਈ ਵੀ ਜਿਹੜੀ ਵੀ ਬ੍ਰਾਂਚ ਤੁਹਾਡੇ ਨੇੜੇ ਪੈਂਦੀ ਹੈ, ਆਪਣੀ ਪ੍ਰੋਫਾਈਲ ਦਿਖਾਓ, ਉਸ ਹਿਸਾਬ ਨਾਲ ਤੁਹਾਨੂੰ ਦੱਸਿਆ ਜਾ ਸਕਦਾ। ਚਿੰਦਰ ਸਿੰਘ ਜੀ, ਸਰ BA 2017 PT 55 ਸਪਾਊਸ ਵੀਜ਼ਾ। ਜਿੰਦਰ ਜੀ, ਡੈਫੀਨੇਟਲੀ ਪੋਸੀਬਲ ਹੈ। 2017 ਤੋਂ ਲੈ ਕੇ 2020, 3 ਸਾਲ ਕੀ ਕੀਤਾ, ਜਿਹਦਾ ਕੋਈ ਪਰੂਫ ਹੈ, ਕੋਈ ਕੰਮ ਕੀਤਾ, ਕੋਈ ਪੜ੍ਹਾਈ ਕੀਤੀ ਹੈ, ਜੋ ਵੀ ਕੀਤਾ ਇਹਦਾ ਐਵੀਡੈਂਸ ਹੈਗਾ, ਅਤੇ ਡੈਫੀਨੇਟਲੀ ਹੋ ਸਕਦਾ। ਜੇ ਨਹੀਂ ਐਵੀਡੈਂਸ ਤਾਂ ਬਹੁਤ ਹੀ ਔਖਾ, ਕਲੋਜ਼ ਟੂ ਇੰਪੋਸੀਬਲ, ਕਿਉਂਕਿ ਜੇ 3 ਸਾਲ ਤੁਸੀਂ ਕੁਛ ਨਹੀਂ ਕੀਤਾ ਤਾਂ ਯੂਨੀਵਰਸਿਟੀ ਜ਼ਰੂਰ ਕੁਸ਼ਚਨ ਪੁੱਛਦੀ ਹੈ ਕਿ ਵਾਈ ਆ 3 ਈਅਰ ਗੈਪ। ਤਾਂ ਬੈਟਰ ਹੈ ਕਿ ਤੁਸੀਂ ਇੱਕ ਵਾਰੀ ਆਓ, ਮਿਲੋ, ਜਸਟੀਫਾਈ ਕਰੋ ਗੈਪ ਨੂੰ, ਐਂਡ ਦੈਨ ਵੀ ਕੈਨ ਸੀ ਵਟ ਦ ਆਪਸ਼ਨਸ ਆ। ਸਰ BCOM 54% ਐਂਡ PT 58, ਪੋਸੀਬਿਲਿਟੀ ਆਫ ਵੀਜ਼ਾ ਔਰ ਨੋਟ? 54% ਅਮਰ ਜੀ, 54% ਘੱਟ ਹੈ, ਬਾਕੀ
ਸਟਿਲ ਡਿਪੈਂਡ ਕਰਦਾ ਕਿ ਜਿਹੜੀ ਬੀਕੌਮ ਕੀਤੀ ਉਹਦੇ ਮੇਨ ਸਬਜੈਕਟਸ ਦੇ ਵਿੱਚੋਂ ਤੁਹਾਡੇ ਓਵਰਆਲ ਪਰਸੈਂਟੇਜ ਕਿੰਨੀ ਬਣਦੀ ਹੈ। ਜੋ ਓਵਰਆਲ ਪਰਸੈਂਟੇਜ ਅੱਛੀ ਹੈ ਤਾਂ ਡੈਫੀਨੇਟਲੀ ਦੇ ਇਜ਼ ਅ ਪੋਸੀਬਿਲਿਟੀ ਇਜ਼ ਵੈਲ। ਇਜ਼ ਇਟ ਪੋਸੀਬਲ ਟੂ ਕਨਵਰਟ ਟੂਰਿਸਟ ਵੀਜ਼ਾ ਟੂ ਸਟੂਡੈਂਟ ਵੀਜ਼ਾ ਵਿਦਆਊਟ ਆਇਲਸ? ਹਾਂਜੀ ਜਗਦੀਪ ਜੀ, ਡੈਫੀਨੇਟਲੀ ਬਿਲਕੁਲ ਪੋਸੀਬਲ ਹੈ। ਤੁਹਾਨੂੰ ਅਤੇ ਸਾਰੇ ਦਰਸ਼ਕਾਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ, ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ, ਕਿਸੇ ਟੂਰਿਸਟ ਵੀਜ਼ਾ 'ਤੇ ਹੋ ਜਾਂ ਵਿਜ਼ਿਟਰ ਵੀਜ਼ਾ 'ਤੇ ਹੋ, ਅਤੇ ਤੁਹਾਡੇ ਵੀਜ਼ੇ 'ਤੇ ਨੋ ਫਰਦਰ ਸਟੇ ਕਰਕੇ ਕੋਈ ਕੰਡੀਸ਼ਨ ਨਹੀਂ ਲੱਗੀ, ਤੁਸੀਂ ਡੈਫੀਨੇਟਲੀ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਜਦੋਂ ਤੁਸੀਂ ਆਸਟ੍ਰੇਲੀਆ ਤੋਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ, IELTS is not a must requirement depending ਕਿਹੜਾ ਕੋਰਸ ਤੁਸੀਂ ਚੂਜ਼ ਕਰ ਰਹੇ ਹੋ। ਜੇ ਤੁਸੀਂ ਇੰਗਲਿਸ਼ ਪੜ੍ਹਨਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ, 12 ਮਹੀਨੇ ਦੀ ਇਕੱਲਾ ਇੰਗਲਿਸ਼ ਦਾ ਕੋਰਸ, ਜਨਰਲ ਇੰਗਲਿਸ਼ ਜਿਹਨੂੰ ਕਿਹਾ ਜਾਂਦਾ, ਉਹਦੇ ਲਈ IELTS ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਉਹਦਾ ਵੇਵਰ ਹੈ। ਅਨਲੈਸ ਕਿ ਤੁਸੀਂ ਕੋਈ ਡਿਪਲੋਮਾ ਲੈਵਲ ਦਾ ਕੋਰਸ ਪੜ੍ਹਨਾ ਚਾਹੁੰਦੇ ਹੋ, ਬੈਚਲਰਸ ਜਾਂ ਮਾਸਟਰਸ, ਉਹਦੇ ਲਈ IELTS ਦੀ ਰਿਕੁਆਇਰਮੈਂਟ ਰਹੇਗੀ 5.5 band। ਜੇ ਇਹ ਤੋਂ ਘੱਟ ਹੁੰਦੇ ਆ ਤਾਂ ਤੁਹਾਡੇ ਐਲੀ ਕੋਰਸ ਲੱਗੇਗਾ, ਜਿਹੜਾ ਕਿ ਇੰਗਲਿਸ਼ ਦਾ ਇੱਕ ਸ਼ੋਰਟ ਕੋਰਸ ਹੁੰਦਾ, ਡਿਪੈਂਡਿੰਗ ਤੁਹਾਡੇ ਕਿੰਨੇ ਪੈਂਦਾ। ਬਟ ਜੇ ਤੁਸੀਂ ਇੱਕ ਇੰਗਲਿਸ਼ ਦਾ ਕੋਰਸ ਜਾਂ ਇਕੱਲਾ ਜਨਰਲ ਇੰਗਲਿਸ਼ ਦਾ ਕੋਰਸ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ, ਅਤੇ ਔਨਸ਼ੋਰ ਹੋ ਆਸਟ੍ਰੇਲੀਆ ਦੇ ਵਿੱਚ ਹੋ, ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ, ਉਹਦੇ ਲਈ ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਆਸਟ੍ਰੇਲੀਆ ਵਿਜ਼ਿਟਰ ਵੀਜ਼ਾ 'ਚ ਕਨਵਰਟ ਹੋ ਜਾਂਦਾ ਸਰ? ਹਾਂਜੀ ਗੁਰਵੀਰ ਜੀ, ਬਿਲਕੁਲ, ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਦੇਖ ਸਕਦੇ ਹੋ, ਓਮ ਗਲੋਬਲ ਮੈਲਬਨ। ਬਹੁਤ ਸਾਰੇ ਤੁਹਾਨੂੰ ਟੈਸਟੀਮੋਨੀਅਲਸ, ਵੀਜ਼ਾ ਕਾਪੀਜ਼, ਅਤੇ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦਾ ਵਿਜ਼ਿਟਰ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਕਨਵਰਟ ਹੋਇਆ, ਉਹ ਤੁਹਾਨੂੰ ਉੱਥੇ ਦੇਖ ਸਕਦਾ। ਪਲੱਸ ਟੂ ਚ ਦੀਪੂ ਜੀ ਪੁੱਛ ਰਿਹਾ, ਆਈ ਵਾਂਟ ਟੂ ਸਟੱਡੀ ਇਨ ਆਸਟ੍ਰੇਲੀਆ ਬਟ ਆਫਟਰ ਐਜੂਕੇ ਆਫਟਰ ਗ੍ਰੈਜੂਏਸ਼ਨ 2 year ਗੈਪ। ਦੀਪੂ, ਅਗੇਨ ਦ ਥਿੰਗ ਇਜ਼, ਵਟ ਹੈਵ ਯੂ ਡਨ ਆਫਟਰ ਗ੍ਰੈਜੂਏਸ਼ਨ ਇਨ 2 year ਗੈਪ? ਹੈਵ ਯੂ ਵਰਕ ਸਮਵੇਅਰ? ਹੈਵ ਯੂ ਡਨ ਅ ਸ਼ੋਰਟ ਕੋਰਸ? ਕੀ ਕੀਤਾ ਉਸ 2 ਸਾਲਾਂ ਦੇ ਵਿੱਚ? ਉਹਦਾ ਐਵੀਡੈਂਸ ਲੈ ਕੇ ਆਓ, ਉਹਨੂੰ ਜਸਟੀਫਾਈ ਕਰੋ, ਜੋ ਆਪਾਂ ਨੂੰ ਇੰਸਟੀਟਿਊਸ਼ਨ ਨੂੰ ਜਸਟੀਫਾਈ ਕਰਨਾ ਪੈਂਦਾ ਹੈ, ਅਤੇ ਡੈਫੀਨੇਟਲੀ ਦੇ ਇਜ਼ ਅ ਪੋਸੀਬਿਲਿਟੀ। ਸਰ BCA 2019 78% PTU ਆਸਟ੍ਰੇਲੀਆ ਵਿਦਆਊਟ IELTS ਸਪਾਊਸ ਵੀਜ਼ਾ ਲੱਗ ਸਕਦਾ? ਬਿਲਕੁਲ ਲੱਗ ਸਕਦਾ ਜੀ, ਬਹੁਤ ਅੱਛੀ ਪ੍ਰੋਫਾਈਲ ਹੈ, 78% ਇਜ਼ ਵੈਰੀ ਗੁੱਡ, 2019 ਪਾਸ ਆਊਟ ਹੋ, ਡੈਫੀਨੇਟਲੀ ਲੱਗ ਸਕਦਾ, ਸਪਾਊਸ ਦੇ ਨਾਲ ਜਾ ਸਕਦੇ ਆਸਟ੍ਰੇਲੀਆ। ਵਿਦਆਊਟ IELTS ਵੀ ਪੋਸੀਬਲ ਹੈ ਜੀ, ਡਿਪੈਂਡਿੰਗ ਕਿ ਕਿਹੜਾ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ, ਡੈਫੀਨੇਟਲੀ ਵਿਦਆਊਟ IELTS ਵੀ ਪੋਸੀਬਲ ਹੈ। ਸਰ ਟੂਰਿਸਟ ਵੀਜ਼ਾ ਵੀ ਲਵਾ ਸਕਦੇ ਹੋ? ਹਾਂਜੀ ਬਿਲਕੁਲ ਜੀ ਗੁਰਵੀਰ, ਟੂਰਿਸਟ ਵੀਜ਼ਾ ਵੀ ਕਰਦੇ ਹੈ, ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ, ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਅਤੇ ਤੁਸੀਂ ਟੂਰਿਸਟ ਵੀਜ਼ਾ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ। ਅਮਰ ਸਿੰਘ ਜੀ ਪੁੱਛ ਰਿਹਾ ਜੀ, ਸਰ ਦਿੱਲੀ ਯੂਨੀਵਰਸਿਟੀ ਸੇ BCOM ਕੀ ਹੈ? ਅਕਾਊਂਟਸ ਬਿਜ਼ਨਸ ਮੇਂ ਸਬਜੈਕਟ 19 ਪਾਸ ਆਊਟ ਹੂੰ ਸਰ। Amar Singh, definitely possible, 2 backlog, if they are clear, yes, definitely possible, you can apply, depending on your IELTS number. After computer science, PTE 5.5, spouse visa, 5.5 computer science to depend karta ji, Ravinder ji, tode kinne number hai, te kadon kiti hai, te kedi jagah to kiti hai, us basis de naal options dekh sakde ho. ਦੇਖੋ ਦੇਖ
ਸਟੂਡੈਂਟ ਵੀਜ਼ਾ ਨੂੰ ਲੈ ਕੇ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਗਿਆ ਸੀਗਾ, ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਬਹੁਤ ਘੱਟ ਹੈ। ਯੂਕੇ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਫਾਈਨੈਂਸ਼ੀਅਲਸ ਹੈ ਜਿਹੜੇ ਤੁਹਾਨੂੰ ਦਿਖਾਉਣੇ ਪੈਂਦੇ ਹੈ, ਇਨੀਸ਼ੀਅਲ ਫੀਸ ਜਿਹੜੀ ਤੁਹਾਨੂੰ ਟ੍ਰਾਂਸਫਰ ਕਰਨੀ ਪੈਂਦੀ ਹੈ। ਵੇਅਰ ਐਜ਼ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਿਨਾਰੀਓਜ਼ ਦੇ ਵਿੱਚ ਫਾਈਨੈਂਸ਼ੀਅਲਸ ਦਾ ਵੀ ਵੇਵਰ ਹੈ, ਅਤੇ ਓਨਲੀ ਜਿਹੜੇ ਤੁਸੀਂ ਫਾਈਨੈਂਸ਼ੀਅਲਸ ਨੋਰਮਲੀ ਦਿਖਾਉਣੇ ਹੈ, ਤੁਹਾਡੀ 12 ਮਹੀਨੇ ਦੀ ਲਿਵਿੰਗ ਕੋਸਟ ਅਪਰੋਕਸੀਮੇਟਲੀ 21,000 ਆਸਟ੍ਰੇਲੀਅਨ ਡੋਲਰ, ਤੁਹਾਡੀ 1 ਸਾਲ ਦੀ ਫੀਸ ਅਤੇ ਰਿਟਰਨ ਟਿਕਟ ਦੇ ਪੈਸੇ, ਇਹਨਾਂ ਨੂੰ ਮਿਲਾ ਕੇ ਜਿੰਨੇ ਵੀ ਪੈਸੇ ਬਣਦੇ ਆ, ਵਿਚ ਇਜ਼ ਨੋਰਮਲ ਸਿਨਾਰੀਓ ਜੇ ਸਿੰਗਲ ਕੇਸ 'ਚ ਲੈ ਕੇ ਚੱਲੀਏ, ਸਿੰਗਲ ਐਪਲੀਕੈਂਟ ਲੈ ਕੇ ਚੱਲੀਏ, ਅਤੇ ਅਪ ਟੂ 20 ਲੱਖ ਦੇ ਆਸ ਪਾਸ ਬਣਦਾ ਜਿਹੜਾ ਕਿ ਤੁਹਾਨੂੰ ਦਿਖਾਉਣਾ ਪੈਂਦਾ। ਤੁਹਾਡੇ ਪੇਰੈਂਟਸ ਦਿਖਾ ਸਕਦੇ, ਤੁਹਾਡੇ ਇਨਲੋਸ ਦਿਖਾ ਸਕਦੇ, ਤੁਹਾਡਾ ਬ੍ਰਦਰ, ਤੁਹਾਡੇ ਸਿਸਟਰ ਜਾਂ ਤੁਸੀਂ ਆਪ ਦਿਖਾ ਸਕਦੇ। ਕਿਸੇ ਵੀ ਤਰ੍ਹਾਂ ਦਾ ਬੈਂਕ ਲੋਨ ਵੀ ਹੋ ਸਕਦਾ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਐਫ ਡੀ ਦਿਖਾ ਸਕਦੇ ਹੋ, ਜਾਂ ਸੇਵਿੰਗਸ ਦੇ ਵਿੱਚ ਦਿਖਾ ਸਕਦੇ ਹੋ। ਫਾਈਨੈਂਸ਼ੀਅਲ ਇਜ਼ ਨੋਟ ਅ ਬਿਗ ਡੀਲ ਐਜ਼ ਲੋਂਗ ਐਜ਼ ਯੂ ਕੈਨ ਜਸਟੀਫਾਈ ਕਿ ਤੁਹਾਡੇ ਕੋਲ ਇੰਨਾ ਫੰਡਸ ਹੈ। ਆਸਟ੍ਰੇਲੀਆ ਦਾ ਅੱਜ ਦੀ ਡੇਟ ਦੇ ਵਿੱਚ ਵੀ ਸਕਸੈਸ ਰੇਟ ਬਹੁਤ ਜ਼ਿਆਦਾ ਹੈ, ਵਿਚ ਇਜ਼ ਮੂਵਿੰਗ ਔਨ ਟੂ ਮਾਰਚ, ਇਹ ਤੋਂ ਵੀ ਬੈਟਰ ਹੋਣ ਜਾ ਰਿਹਾ ਹੈ ਜੇ ਕੰਸੀਡਰਿੰਗ ਚਾਈਨਾ ਤੋਂ ਸਟੂਡੈਂਟ ਨਹੀਂ ਆ ਰਿਹਾ, ਜੇ ਇੰਡੀਆ ਦਾ ਲੈਵਲ ਚੇਂਜ ਹੋ ਕੇ 2 ਦੇ ਵਿੱਚ ਆਉਂਦਾ। ਇਹ ਤੋਂ ਇਲਾਵਾ ਜੀ ਕੋਈ ਵੀ ਤੁਹਾਨੂੰ ਸਵਾਲ, ਕਿਸੇ ਵੀ ਤਰ੍ਹਾਂ ਦਾ ਕੁਸ਼ਚਨ, ਜੇ ਤੁਸੀਂ ਇੰਡੀਆ ਦੇ ਵਿੱਚੋਂ ਜਲੰਧਰ, ਚੰਡੀਗੜ੍ਹ ਅਤੇ ਅੰਮ੍ਰਿਤਸਰ, ਤਿੰਨੋਂ ਜਗ੍ਹਾ ਸਾਡੀ ਬ੍ਰਾਂਚ ਹੈ ਪੰਜਾਬ ਦੇ ਵਿੱਚ, ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਕੇ ਮੇਕ ਸ਼ੋਰ ਤੁਸੀਂ ਆਪਣੇ ਡਾਕੂਮੈਂਟਸ ਨਾਲ ਲੈ ਕੇ ਜਾਓ, ਕਿਉਂਕਿ ਜੇ ਡਾਕੂਮੈਂਟਸ ਨਹੀਂ ਨਾਲ ਆਉਂਦੇ, ਫਾਈਲ ਅਸੈਸ ਕਰਨਾ, ਤੁਹਾਡੀ ਪ੍ਰੋਫਾਈਲ ਅਸੈਸ ਕਰਨਾ, ਆਪਸ਼ਨਸ ਦੱਸਣਾ ਥੋੜ੍ਹਾ ਜਿਹਾ ਦਿੱਕਤ ਹੋ ਜਾਂਦੀ ਹੈ, ਅਤੇ ਬੈਟਰ ਹੈ ਕਿ ਤੁਸੀਂ ਡਾਕੂਮੈਂਟਸ ਨਾਲ ਲੈ ਕੇ ਜਾਓ। ਜੇ ਤੁਸੀਂ ਮੈਲਬਰਨ 'ਚੋਂ ਸਾਨੂੰ ਆਫਿਸ ਆ ਕੇ ਮਿਲ ਸਕਦੇ ਹੋ, ਮੈਲਬਰਨ ਤੋਂ ਇਲਾਵਾ ਆਸਟ੍ਰੇਲੀਆ 'ਚ ਕਿਸੇ ਵੀ ਸ਼ਹਿਰ 'ਤੇ ਹੋ, ਇੱਕ ਫੋਨ ਕੰਸਲਟੇਸ਼ਨ ਕਰ ਸਕਦੇ ਹੋ। ਤੁਸੀਂ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਬੱਚੇ ਆਸਟ੍ਰੇਲੀਆ ਦੇ ਵਿੱਚ ਨੇ, ਸਟੂਡੈਂਟ ਵੀਜ਼ਾ 'ਤੇ ਨੇ ਅਤੇ ਸਟੂਡੈਂਟ ਨੇ, ਤਾਂ ਕੋਈ ਕੰਸਲਟੇਸ਼ਨ ਚਾਰਜ ਨਹੀਂ ਹੈ, ਫਰੀ ਆਫ ਕੋਸਟ ਉਹਨਾਂ ਨੂੰ ਕੰਸਲਟੇਸ਼ਨ ਦਿੱਤੀ ਜਾਂਦੀ ਹੈ, ਚਾਹੇ ਉਹ ਫੋਨ 'ਤੇ ਹੋਏ, ਚਾਹੇ ਉਹ ਆਫਿਸ ਆ ਕੇ ਮਿਲਣ। ਇਹ ਤੋਂ ਇਲਾਵਾ ਜੀ ਇਜਾਜ਼ਤ ਲੈਂਦੇ ਹਾਂ, ਜੇ ਹਜੇ ਵੀ ਤੁਹਾਡੇ ਕੋਈ ਸਵਾਲ ਹੈ ਇਸ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸਵਾਲ ਛੱਡ ਦਿਓ, ਤਾਂ ਉਹਨਾਂ ਸਾਰਿਆਂ ਦਾ ਜਵਾਬ ਦਿੱਤਾ ਜਾਏਗਾ, ਜਾਂ ਸਾਡੇ ਕਿਸੇ ਵੀ ਨੰਬਰ 'ਤੇ ਕਾਲ ਕਰ ਸਕਦੇ ਹੋ। ਮੈਲਬਰਨ ਦਾ ਨੰਬਰ ਹੈ ਜੀ 0479055552, ਇੰਡੀਆ ਦਾ ਨੰਬਰ ਹੈ 9216192161। ਇਜਾਜ਼ਤ ਲੈਂਦੇ ਹਾਂ ਜੀ, ਸਤਿ ਸ਼੍ਰੀ ਅਕਾਲ।